ਹੈਲੋ ਜੀ ਮੇਰੇ ਵੱਲੋਂ ਪਿਆਰ ਭਰੇ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਗੋਮਲਟੀ ਚੈਨਲ ਦੇ ਵਿੱਚ ਮੇਰੀਆਂ ਭੈਣਾਂ ਤੇ ਮੇਰੇ ਵੀਰਾਂ ਦਾ ਸਵਾਗਤ ਆ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਪਲੀਜ਼ ਮੇਰੀ ਰਿਕਵੈਸਟ ਆ ਜੇ ਜੇ ਮੇਰੇ ਚੈਨਲ ਤੇ ਨਵੇਂ ਹੋ ਪਹਿਲੀ ਵਾਰ ਹੋ ਜਾਂ ਹਾਲੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਜ਼ਰੂਰ ਕਰ ਲੈਣਾ ਵੀਡੀਓ ਵਧੀਆ ਲੱਗਦੀਆਂ ਤਾਂ ਸ਼ੇਅਰ ਜ਼ਰੂਰ ਕਰ ਦਿਆ ਕਰੋ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਹਾਂਜੀ ਅੱਜ ਆਪਾਂ ਲੈ ਕੇ ਆਏ ਹਾਂ ਬਹੁਤ ਟੇਸਟੀ ਟੇਸਟੀ ਲਾਜਵਾਬ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਸੌਖੇ ਤਰੀਕੇ ਦੇ ਨਾਲ ਅੱਜ ਆਪਾਂ ਬਣਾਵਾਂਗੇ ਕੜਾਹੀ ਪਨੀਰ ਚਲੋ ਜੀ ਫਿਰ ਆਪਾਂ ਸ਼ੁਰੂ ਕਰਦੇ ਹਾਂ ਤਿਆਰੀ ਕਰਦੇ ਹਾਂ ਪਨੀਰ ਦੀ ਸਬਜ਼ੀ ਬਣਾਉਣ ਦੇ ਲਈ ਪਨੀਰ ਹਰ ਕੋਈ ਆਪਣੇ ਘਰ ਵਿੱਚ ਬਣਾ ਲੈਂਦਾ ਹਰ ਇੱਕ ਦਾ ਤਰੀਕਾ ਆਪਣਾ ਅਲੱਗ-ਅਲੱਗ ਹੁੰਦਾ ਹੈ ਤੁਸੀਂ ਇੱਕ ਵਾਰ ਇਸ ਤਰੀਕੇ ਦੇ ਨਾਲ ਜ਼ਰੂਰ ਬਣਾਓ ਤੇ ਬਣਾ ਕੇ ਆਪਣੇ ਪਰਿਵਾਰ ਨੂੰ ਆਪਣੇ ਬੱਚਿਆਂ ਨੂੰ ਫੈਮਿਲੀ ਮੈਂਬਰ ਨੂੰ ਜ਼ਰੂਰ ਖਵਾਓ ਤੁਹਾਡੀ ਥਰੀ ਫੀ ਥਰੀ ਤੁਹਾਡੀ ਬੱਲੇ ਬੱਲੇ ਹੋ ਜਾਊਗੀ ਲਓ ਜੀ ਇੱਧਰ ਆਪਾਂ ਦਾ ਪਨੀਰ ਸੀਗਾ 500 ਗ੍ਰਾਮ ਇਹਨਾਂ ਨੂੰ ਆਪਾਂ ਪੀਸਾਂ ਦੇ ਵਿੱਚ ਜਿਹੜਾ ਕੱਟ ਲਿਆ ਹੁਣ ਆਪਾਂ ਇਹਦੇ ਉੱਪਰ ਥੋੜਾ ਜਿਹਾ ਸੇਂਦਾ ਨਮਕ ਲੈ ਲਿਆ ਥੋੜੀ ਜਿਹੀ ਆਪਾਂ ਲਾਲ ਮਿਰਚ ਪਾਊਡਰ ਲੈ ਲਿਆ ਬਿਲਕੁਲ ਘੱਟ ਆਪਾਂ ਹਲਦੀ ਲੈ ਲਈ ਹੁਣ ਆਪਾਂ ਜਿਹੜਾ ਸਾਰੇ ਪਨੀਰ ਉੱਪਰ ਕੋਟ ਕਰ ਦਵਾਂਗੇ ਮਸਾਲੇ ਸੌਰੀ ਹਲਦੀ ਤੇ ਮਿਰਚ ਤੇ ਲੂਣ ਨਾਲ ਲਓ ਜੀ ਸਾਰਿਆਂ ਉੱਪਰ ਜਿਹੜਾ ਆਪਣਾ ਹਲਦੀ ਮਿਰਚਾ ਤੇ ਲੂਣ ਆ ਜਿਹੜਾ ਲੱਗ ਚੁੱਕਿਆ ਇਹਨੂੰ ਆਪਾਂ ਇੱਕ ਸਾਈਡ ਤੇ ਰੱਖ ਦਿੰਨੇ ਆ ਤੇ ਅਗਲੀ ਤਿਆਰੀ ਆ ਜਿਹੜੀ ਆਪਾਂ ਕਰਦੇ ਆ ਇੱਧਰ ਆਪਾਂ ਫਰਾਈਪੈਨ ਲੈ ਲਿਆ ਇਹਦੇ ਵਿੱਚ ਥੋੜਾ ਜਿਹਾ ਆਇਲ ਲੈ ਲਿਆ ਤੇ ਇੱਕ ਸ਼ਿਵਲਾ ਮਿਰਚ ਨੂੰ ਕੱਟ ਕੇ ਆਪਾਂ ਪੀਸਾਂ ਦੇ ਵਿੱਚ ਕੱਟ ਲਿਆ ਛੋਟੇ ਟੁਕੜਿਆਂ ਦੇ ਵਿੱਚ ਤੁਸੀਂ ਚਾਹੋ ਤਾਂ ਇਸ ਦੇ ਲੰਬੇ ਪੀਸ ਵੀ ਕੱਟ ਸਕਦੇ ਆ ਜ਼ਰੂਰੀ ਨਹੀਂ ਹੈਗਾ ਵੀ ਚੌਰਸ ਪੀਸ ਹੀ ਕੱਟਣਿਆ ਇਹਨਾਂ ਨੂੰ ਹਲਕਾ ਜਿਹਾ ਹੀ ਫਰਾਈ ਕਰਨਾ ਜਿਆਦਾ ਆਪਾਂ ਇਹਨਾਂ ਨੂੰ ਪਕਾਉਣਾ ਨਹੀਂ ਰੰਨਣਾ ਨਹੀਂ ਹਲਕਾ ਕਰੰਚ ਰੱਖਣਾ ਵਿੱਚ ਇਹਦੇ ਕੱਚਾਪਨ ਰੱਖਣਾ ਹੈ ਠੀਕ ਆ ਜੀ ਜੇਕਰ ਤੁਸੀਂ ਇਸ ਤਰੀਕੇ ਦੇ ਨਾਲ ਕਦੇ ਨਹੀਂ ਬਣਾਇਆ ਤਾਂ ਜ਼ਰੂਰ ਟਰਾਈ ਕਰਕੇ ਦੇਖਿਓ ਬਣਾ ਕੇ ਦੇਖਿਓ ਤੇਵਕਰ ਦੇ ਵਿੱਚ ਕਈ ਵਾਰ ਕੋਈ ਮਹਿਮਾਨ ਆ ਜਾਂਦੇ ਆ ਜੇਕਰ ਪਨੀਰ ਹੋਵੇ ਤਾਂ ਫਟਾਫਟ ਬਣਾ ਕੇ ਜਿਹੜਾ ਤੁਸੀਂ ਤਿਆਰ ਕਰ ਸਕਦੇ ਆ ਇਹ ਸਬਜੀ ਨੂੰ ਤੇ ਬਹੁਤ ਹੀ ਜ਼ਿਆਦਾ ਪਸੰਦ ਆਉਣ ਵਾਲੀ ਹੈ ਕਿਉਂਕਿ ਪਨੀਰ ਦੀ ਜਦੋਂ ਆਪਾਂ ਸਬਜੀ ਭੁਰਜੀ ਜਾਂ ਗਰੇਵੀ ਵਾਲੀ ਆ ਮਟਰ ਪਨੀਰ ਹਰ ਇੱਕ ਨੂੰ ਪਸੰਦ ਆਉਂਦੀ ਆ ਲਓ ਜੀ ਇੱਧਰ ਆਪਾਂ ਪਿਆਜ਼ ਲੈ ਲਾ ਪਿਆਜ਼ ਨੂੰ ਵੀ ਜਿਹੜਾ ਹੈ ਆਪਾਂ ਕੱਟ ਕੇ ਤੇ ਉਸ ਦੇ ਵੀ ਜਿਹੜਾ ਹੈ ਆਪਾਂ ਕੱਲਾ ਕੱਲਾ ਪੀਸ ਕਰ ਲਿਆ ਇਹਨੂੰ ਵੀ ਆਪਾਂ ਜਿਹੜਾ ਪੂਰੀ ਤਰ੍ਹਾਂ ਪਕਾਉਣਾ ਨਹੀਂ ਹਲਕਾ ਕਰਾਂਚ ਰੱਖਾਂਗੇ ਵਿੱਚ ਕੱਚਾਪਨ ਰੱਖਾਂਗੇ ਪਿਆਜ਼ ਦੇ ਵਿੱਚ ਜਿਆਦਾ ਟਾਈਮ ਨਹੀਂ ਪਕਾਉਣਾ ਤੀਕ ਸਕੈਂਟ ਜਿਹੜਾ ਤੁਸੀਂ ਸੇਕ ਲਵਾਉਣਾ ਹੈ ਹਾਈ మీడియం ਤੇ ਠੀਕ ਆ ਜੀ ਆ ਦੇਖੋ ਹੁਣ ਆਪਾਂ ਜਿਹੜਾ ਇਹਨੂੰ ਵੀ ਇੱਕ ਕੌਲੀ ਦੇ ਵਿੱਚ ਕੱਢ ਲਵਾਂਗੇ ਲੋ ਜੀ ਇਧਰ ਆਪਣਾ ਜਿਹੜਾ ਮਸਾਲੇ ਲਾਏ ਹੋਏ ਪਨੀਰ ਇਸ ਨੂੰ ਵੀ ਹਲਕਾ ਰੋਸਟ ਕਰ ਲਵਾਂਗੇ ਆਪਾਂ ਬਾਕੀ ਬਚੇ ਹੋਏ ਆਇਲ ਦੇ ਵਿੱਚ ਤੇਲ ਦੇ ਵਿੱਚ ਹਾਈ మీడియం ਕਰ ਲੈਣਾ ਤੁਸੀਂ ਬਹੁਤ ਆਸਾਨ ਜੀ ਰੈਸਪੀ ਹੈ ਕਈ ਵਾਰ ਇਹ ਹਸਤਾ ਹੁੰਦਾ ਕਿ ਦੇਖਣ ਦੇ ਵਿੱਚ ਮੁਸ਼ਕਲ ਲੱਗਦੀ ਹੈ ਪਰ ਜਦੋਂ ਤੁਸੀਂ ਬਣਾਉਂਗੇ ਤੁਹਾਨੂੰ ਕੋਈ ਵੀ ਮੁਸ਼ਕਲ ਨਹੀਂ ਆਊਗੀ ਤੁਸੀਂ ਜ਼ਰੂਰ ਬਣਾ ਲਓਗੇ ਮੇਰੇ ਨਾਲੋਂ ਵੀ ਤੁਸੀਂ ਜ਼ਿਆਦਾ ਵਧੀਆ ਬਣਾ ਲਓਗੇ ਜ਼ਰੂਰ ਟਰਾਈ ਕਰਨਾ ਜ਼ਰੂਰ ਬਣਾ ਕੇ ਦੇਖਣਾ ਆਪਣੇ ਰੁੱਸੇ ਹੋਏ ਬੱਚਿਆਂ ਨੂੰ ਜ਼ਰੂਰ ਮਨਾ ਲਓਗੇ ਮੇਰੇ ਕਹਿਣ ਦਾ ਮਤਲਬ ਆ ਖੁਸ਼ ਹੋ ਕੇ ਸਬਜ਼ੀ ਖਾਣਗੇ ਕਈ ਵਾਰ ਬੱਚੇ ਰੁੱਸ ਜਾਂਦੇ ਆ ਤਾਂ ਉਹਨਾਂ ਨੂੰ ਮਨਾਉਣ ਦੇ ਲਈ ਇਸ ਤਰ੍ਹਾਂ ਦੀ ਰੈਸਪੀ ਬਣਾ ਕੇ ਖਵਾਓ ਤੇ ਮੰਨ ਜਾਣਗੇ ਲਓ ਜੀ ਇੱਧਰ ਆਪਾਂ ਕਾਜੂ ਲੈ ਲਏ 4-5 ਜੀਰਾ ਲੈ ਲਿਆ ਦਾਲਚੀਨੀ ਵੱਡੀ ਇਲਾਇਚੀ ਛੋਟੀ ਇਲਾਇਚੀ ਲੌਂਗ ਪਿਆਜ਼ ਦੋ ਆਪਾਂ ਪਿਆਜ਼ ਬਰੀਕ-ਬਰੀਕ ਕੱਟ ਲੇ ਹੁਣ ਆਪਾਂ ਇਹਨਾਂ ਨੂੰ ਭੁੰਨ ਲਵਾਂਗੇ ਹਲਕਾ ਬ੍ਰਾਊਨ ਹੋਣ ਤੱਕ ਆਪਾਂ ਇਸ ਨੂੰ ਭੁੰਨ ਲੈਣਾ ਹੈ ਪਿਆਜ਼ ਨੂੰ ਇੱਧਰ ਆਪਾਂ ਦੋ ਤੋਂ ਤਿੰਨ ਟਮਾਟਰ ਲੈ ਲੇ ਨਾਲ ਹੀ ਆਪਾਂ ਜਿਹੜਾ ਟਮਾਟਰ ਨੂੰ ਵੀ ਸੇਕ ਲਵਾ ਲੈਣਾ ਇਹਦੇ ਤੇ ਆਪਣੇ 4 ਤੋਂ 5 ਮਿੰਟ ਲੱਗ ਸਕਦੇ ਆ ਪਿਆਜ਼ ਟਮਾਟਰ ਕਾਜੂ ਨਾਲ ਤੁਸੀਂ ਲਸਣ ਵੀ ਐਡ ਕਰ ਸਕਦੇ ਆ ਲਓ ਜੀ ਇੱਧਰ ਆਪਣਾ ਜਿਹੜਾ ਇਹ ਤੜਕਾ ਬਣ ਕੇ ਰੈਡੀ ਹੋ ਗਿਆ ਇਹਨੂੰ ਠੰਡਾ ਹੋਣ ਲਈ ਇੱਕ ਸਾਈਡ ਤੇ ਰੱਖ ਦਿੰਨੇ ਆ ਇੱਧਰ ਆਪਾਂ ਦੂਸਰੀ ਕੜਾਈ ਲੈ ਲਈ ਉਹਦੇ ਵਿੱਚ ਮੱਖਣ ਪਾ ਲਿਆ ਮੱਖਣ ਦੀ ਜਗ੍ਹਾ ਦੇਸੀ ਘਿਓ ਲੈ ਲਓ ਕੋਈ ਵੀ ਆਇਲ ਲੈ ਲਓ ਕੁਕਿੰਗ ਆਇਲ ਜੋ ਵੀ ਖਾਣੇ ਆ ਸਰੋਂ ਦਾ ਤੇਲ ਲੈ ਲਓ ਲੋ ਜੀ ਆਪਾਂ ਲਸਣ ਤੇ ਅਦਰਕ ਦਾ ਪੇਸਟ ਲੈ ਲਿਆ ਹਰੀਆਂ ਮਿਰਚਾਂ ਲੈ ਲਈਆਂ ਇਹਨਾਂ ਨੂੰ ਆਪਾਂ ਬਰੀਕ ਨਹੀਂ ਕਟਿਆ ਤੇ ਵਿਚਾਲਿਓਂ ਕੱਟ ਲਿਆ ਲਾਲ ਮਿਰਚ ਪਾਊਡਰ ਹਲਦੀ ਪਾਊਡਰ ਹੁਣ ਆਪਾਂ ਜਿਹੜਾ ਬਟਰ ਦੇ ਵਿੱਚ ਇਹਨੂੰ ਹਲਕਾ ਜਿਹਾ ਸੇਕ ਲਵਾ ਲਾਂਗੇ ਜ਼ਿਆਦਾ ਨਹੀਂ ਕਲਰ ਨਹੀਂ ਚੇਂਜ ਕਰਨਾ ਜ਼ਿਆਦਾ ਡਾਰਕ ਨਹੀਂ ਕਰਨਾ ਲਓ ਜੀ ਇੱਧਰ ਆਪਣੀ ਜਿਹੜੀ ਗਰੇਵੀ ਬਣਾ ਕੇ ਤਿਆਰ ਕੀਤੀ ਹੋਈ ਆ ਹੁਣ ਆਪਾਂ ਇਸ ਤੇ 5 ਮਿੰਟ ਲਾਵਾਂਗੇ ਇਹਨੂੰ ਫੁੰਨਣ ਤੇ ਲਗਾਤਾਰ ਜਿਹੜਾ ਆਪਾਂ ਇਸ ਨੂੰ ਹਿਲਾਇ ਜਾਣਾ ਆ ਦੇਖੋ ਆਪਣੇ ਮਸਾਲੇ ਗਰੇਵੀ ਆ ਜਿਹੜੀ ਉਹ ਬਣ ਚੁੱਕੀ ਆ ਪੱਕ ਚੁੱਕੀ ਆ ਭੁੱਜ ਚੁੱਕੀ ਆ ਹੁਣ ਆਪਾਂ ਕੀ ਕਰਨਾ ਇੱਧਰ ਮੈਂ 2 ਚਮਚ ਦਹੀਂ ਲੈ ਕੇ ਇਹਦੇ ਵਿੱਚ 1 ਚਮਚ ਮਲਾਈ ਪਾ ਕੇ ਤੇ ਉਸ ਨੂੰ ਮੈਂ ਚੰਗੀ ਤਰ੍ਹਾਂ ਫੈਂਟ ਲਿਆ 2 ਚਮਚ ਦਹੀਂ ਕਿਉਂਕਿ ਮਲਾਈ ਮੈਂ ਵਿੱਚ ਤਾਂ ਐਡ ਕਰਦੀ ਆ ਕਈ ਵਾਰ ਦਹੀਂ ਖੱਟਾ ਹੁੰਦਾ ਸਬਜੀ ਜ਼ਿਆਦਾ ਖੱਟੀ ਹੋ ਜਾਂਦੀ ਆ ਜੇਕਰ ਫਰੈਸ਼ ਦਹੀਂ ਆ ਤੁਹਾਡਾ ਖੱਟਾ ਦਹੀਂ ਨਹੀਂ ਜ਼ਿਆਦਾ ਫਿਰ ਤੁਸੀਂ ਇਕੱਲਾ ਦਹੀਂ ਵੀ ਲੈ ਸਕਦੇ ਨੇ ਫਿਰ 1 ਚਮਚ ਤੁਸੀਂ ਮਲਾਈ ਐਡ ਕਰਕੇ ਤੇ ਬਹੁਤ ਵਧੀਆ ਟੇਸਟੀ ਸਬਜੀ ਬਣਦੀ ਆ ਧਨੀਆ ਪਾਊਡਰ ਗਰਮ ਮਸਾਲਾ ਆਂਬਚੂਰ ਪਾਊਡਰ ਥੋੜਾ ਜਿਹਾ ਹੀ ਲੈਣਾ ਬਚੂਰ ਪਾਊਡਰ ਕਿਉਂਕਿ ਆਪਣੇ ਦਹੀਂ ਵੀ ਪਾਏ ਹੋਏ ਆ ਟਮਾਟਰ ਵੀ ਲਏ ਹੋਏ ਆ ਲੋਨ ਆਪਾਂ ਸਵਾਦ ਅਨੁਸਾਰ ਲੋ ਜੀ ਇੱਧਰ ਆਪਾਂ ਲੈ ਲਿਆ ਪਨੀਰ ਮਸਾਲਾ ਪਨੀਰ ਮਸਾਲਾ ਜਿਹੜਾ ਆਪਾਂ ਨੂੰ ਇਹ ਜੀ ਮਾਰਕੀਟ ਦੇ ਵਿੱਚੋਂ ਮਿਲ ਜਾਂਦਾ ਕਿਸੇ ਵੀ ਕਰਿਆਨਾ ਸ਼ਾਪ ਤੋਂ ਸਬਜ਼ੀ ਦਾ ਟੇਸਟ ਵਧਾਉਣ ਵਾਸਤੇ ਲਓ ਜੀ ਆਪਣਾ ਤੜਕਾ ਪੁੱਜ ਗਿਆ ਉਸਨੇ ਜਿਹੜਾ ਆਪਣਾ ਆਇਲ ਆ ਉਹਨੇ ਛੱਡ ਦਿੱਤਾ ਤੇ ਹੁਣ ਆਪਾਂ ਮਿਕਸੀ ਕਾਪੀ ਜਿਹੜਾ ਧੋਕ ਇਹਦੇ ਵਿੱਚ ਪਾਪ ਤੇ ਇਹਨੂੰ ਆਪਾਂ ਹੋਰ ਸੇਕ ਲਵਾ ਲਵਾਂਗੇ ਕਿਉਂਕਿ ਆਪਾਂ ਇਹਦੇ ਵਿੱਚ ਪਾਣੀ ਐਡ ਕੀਤਾ ਲਓ ਜੀ ਚੰਗੀ ਤਰ੍ਹਾਂ ਉਬਾਲਾ ਆ ਗਿਆ ਸੀ ਇਹਨੂੰ ਆਪਾਂ ਪੂਰੀ ਤਰ੍ਹਾਂ ਪਕਾ ਲਿਆ ਇਹਦੇ ਵਿੱਚ ਲੈ ਲੀਜੀ ਆਪਾਂ ਸੁੱਕੀ ਮੇਥੀ ਹੁਣ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਜੇਕਰ ਤੁਸੀਂ ਜ਼ਿਆਦਾ ਗਰੇਵੀ ਵਾਲਾ ਬਣਾਉਣਾ ਚਾਹੁੰਦੇ ਆ ਫਿਰ ਤੁਸੀਂ ਇੱਥੇ ਪਾਣੀ ਵੱਧ ਮਾਤਰਾ ਵਿੱਚ ਐਡ ਕਰ ਸਕਦੇ ਆ ਜੇਕਰ ਥੋੜੇ ਸਬਜ਼ੀ ਨੂੰ ਡਰਾਈ ਬਣਾਉਣਾ ਚਾਹੁੰਦੇ ਆ ਕੜਾਈ ਪਨੀਰ ਬਣਾਉਣਾ ਚਾਹੁੰਦੇ ਆ ਫਿਰ ਤੁਸੀਂ ਪਾਣੀ ਦੀ ਮਾਤਰਾ ਜਿਹੜੀ ਬਿਲਕੁਲ ਘੱਟ ਰੱਖਣੀ ਆ ਜ਼ਿਆਦਾ ਨਹੀਂ ਪਾਉਣੀ ਲਓ ਜੀ ਆਪਾਂ ਇਹਦੇ ਵਿੱਚ ਪਾ ਲਏ ਪਿਆਜ਼ ਤੇ ਹਰੀ ਸ਼ਿਮਲਾ ਮਿਰਚ ਪਨੀਰ ਹੁਣ ਆਪਾਂ ਚੰਗੀ ਤਰ੍ਹਾਂ ਮਸਾਲਿਆਂ ਦੇ ਵਿੱਚ ਇਹਨੂੰ ਮਿਕਸ ਕਰ ਦੇਣਾ ਬਿਲਕੁਲ 2 ਚਮਚ ਪਾਣੀ ਪਾਏ ਤਾਂ ਕਿ ਜਿਹੜੀ ਆਪਣੀ ਸਬਜੀ ਆ ਕੜਾਈ ਦੇ ਵਿੱਚ ਲੱਗੇ ਨਾ ਮਸਾਲੇ ਜਿਹੜੇ ਸੜਾ ਨਾ ਇਸ ਦਾ ਜਿਹੜਾ ਕਲਰ ਆ ਖਰਾਬ ਨਾ ਹੋਵੇ ਸਬਜੀ ਦੀ ਖੁਸ਼ਬੂ ਆ ਖਰਾਬ ਨਾ ਹੋਵੇ ਕਈ ਵਾਰ ਸਬਜੀ ਨੂੰ ਜ਼ਿਆਦਾ ਸੇਕ ਲੱਗਣ ਦੇ ਨਾਲ ਸਬਜੀ ਦਾ ਕਲਰ ਵੀ ਖਰਾਬ ਹੋ ਜਾਂਦਾ ਤੇ ਉਸ ਦਾ ਟੇਸਟ ਵੀ ਜਿਹੜਾ ਖੁਸ਼ਬੂ ਆ ਉਹ ਖਰਾਬ ਹੋ ਜਾਂਦੀ ਆ ਲਓ ਜੀ ਹੁਣ ਆਪਾਂ 5 ਮਿੰਟ ਤੱਕ ਇਸ ਨੂੰ ਸੇਕ ਲਵਾ ਲਿਆ ਮਸਾਲੇ ਦੇ ਵਿੱਚ ਪਨੀਰ ਨੂੰ ਸ਼ਿਮਲਾ ਮਿਰਚ ਤੇ ਪਿਆਜ਼ ਨੂੰ 5 ਤੋਂ 7 ਮਿੰਟ ਆਪਣੇ ਜਿਹੜੇ ਲੱਗ ਗਿਆ ਸਬਜੀ ਨੂੰ ਪਕਾਉਣ ਤੇ ਲਓ ਜੀ ਖਾਓ ਜੀ ਆਪਣਾ ਕੜਾਈ ਪਨੀਰ ਬਣਾਈ ਹੋਈ ਰੈਸਪੀ ਤੁਹਾਨੂੰ ਕਿਵੇਂ ਲੱਗ ਰਹੀ ਆ ਬਹੁਤ ਹੀ ਸੋਹਣਾ ਕਲਰ ਬਣ ਕੇ ਤਿਆਰ ਹੋਇਆ ਖੁਸ਼ਬੂ ਵੀ ਬਹੁਤ ਵਧੀਆ ਆ ਰਹੀ ਆ ਹੁਣ ਆਪਾਂ ਸਰਵ ਕਰਾਂਗੇ ਇੱਕ ਪਲੇਟ ਦੇ ਵਿੱਚ ਹਾਂਜੀ ਨਾਣ ਦੇ ਨਾਲ ਖਾਣਾ ਪਸੰਦ ਕਰੋਗੇ ਜਾਂ ਸਿੰਪਲ ਰੋਟੀ ਦੇ ਨਾਲ ਪਰੌਂਠੇ ਦੇ ਨਾਲ ਤੰਦੂਰੀ ਰੋਟੀ ਦੇ ਨਾਲ ਜਿਸ ਕਸੇ ਦੇ ਨਾਲ ਮਰਜੀ ਤੁਸੀਂ ਖਾ ਸਕਦੇ ਹੋ ਬਹੁਤ ਹੀ ਜਿਆਦਾ ਸੁਆਦੀਸ਼ਟ ਖਸ਼ਬੂਦਾਰ ਲਾਜਵਾਬ ਆਪਣੀ ਜਿਹੜੀ ਪਨੀਰ ਦੀ ਸਬਜ਼ੀ ਬਣ ਕੇ ਤਿਆਰ ਹੋਈ ਆ ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਕੇ ਦੇਖਣਾ ਹਾਂਜੀ ਮੇਰੀ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਵਧੀਆ ਲੱਗੀ ਤਾਂ ਲਾਈਕ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਵੀਡੀਓ ਦੇਖਣ ਦਾ ਤੁਹਾਡਾ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਦੇ ਵਿੱਚ ਆਪਾਂ ਫੇਰ ਮਿਲਾਂਗੇ